ਮੈਂ ਮਨਪ੍ਰੀਤ ਕੌਰ ਲੋਕ ਮਸਲੇ ਚੈਨਲ ਰਾਹੀਂ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦਾ ਸਵਾਗਤ ਕਰਦੀ ਹਾਂ। ਪੇਸ਼ ਹੈ ਟਰੰਪ ਦੇ ਭਾਰਤੀ ਦੌਰੇ ਦੀ ਇੱਕ ਖਾਸ ਰਿਪੋਰਟ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ 2 ਦਿਨਾਂ ਦੇ ਭਾਰਤੀ ਦੌਰੇ 'ਤੇ ਪਹੁੰਚ ਚੁੱਕੇ ਹਨ। ਉਹਨਾਂ ਦੇ ਸੁਰੱਖਿਆ ਕਰਮਚਾਰੀਆਂ ਦੇ ਨਾਲ ਨਾਲ ਹੈ ਇੱਕ ਸੀਕ੍ਰੇਟ ਬ੍ਰੀਫ ਕੇਸ, ਜਿਸ ਨੂੰ ਨਿਊਕਲੀਅਰ ਫੁੱਟਬਾਲ ਬੈਗ ਵੀ ਕਿਹਾ ਜਾਂਦਾ ਹੈ। ਕੀ ਹੈ ਇਹ ਬੈਗ? ਅਸਲ ਵਿੱਚ ਇਹ ਬੈਗ ਕਾਲੇ ਰੰਗ ਦਾ ਹੁੰਦਾ ਹੈ। ਇਸ ਵਿੱਚ ਛੋਟੇ ਜਿਹੇ ਐਂਟੀਨੇ ਵਾਲੇ ਸੰਚਾਰ ਉਪਕਰਨ ਹਨ, ਜੋ ਕਿ ਸੈਟੇਲਾਈਟ ਫੋਨ ਨਾਲ ਜੁੜੇ ਹੁੰਦੇ ਹਨ, ਜਿਸ ਰਾਹੀਂ ਅਮਰੀਕਾ ਦਾ ਰਾਸ਼ਟਰਪਤੀ ਕਿਸੇ ਵੀ ਦੇਸ਼ ਦੇ ਵਿੱਚ ਗੱਲ ਕਰ ਸਕਦਾ ਹੈ। ਕੀ ਹੈ ਇਸ ਬੈਗ ਨੂੰ ਤਿਆਰ ਕਰਨ ਦਾ ਮੁੱਖ ਉਦੇਸ਼? ਇਹ ਬੈਗ ਦਾ ਉਦੇਸ਼ ਇਹ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਕੋਲ ਹਮੇਸ਼ਾ ਪਰਮਾਣੂ ਜੰਗ ਦਾ ਵਿਕਲਪ ਮੌਜੂਦ ਰਹੇ। ਅਮਰੀਕਾ ਦੇ ਵਿੱਚ ਕੁੱਲ 3 ਨਿਊਕਲੀਅਰ ਬੈਗ ਹਨ, ਇੱਕ ਰਾਸ਼ਟਰਪਤੀ ਦੇ ਕੋਲ, ਇੱਕ ਉਪ ਰਾਸ਼ਟਰਪਤੀ ਦੇ ਕੋਲ, ਇੱਕ ਵਾਈਟ ਹਾਊਸ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਇਸ ਸੀਕ੍ਰੇਟ ਬ੍ਰੀਫਕੇਸ ਵਿੱਚ 73 ਪੰਨਿਆਂ ਦੀ ਇੱਕ ਕਿਤਾਬ ਹੁੰਦੀ ਹੈ। ਇਹ ਕਿਤਾਬ ਵਿੱਚ ਸਾਰੇ ਪਰਮਾਣੂ ਹਮਲੇ ਦੀ ਜਾਣਕਾਰੀ ਹੁੰਦੀ ਹੈ ਅਤੇ ਹਰ ਹਮਲੇ ਦੌਰਾਨ ਰਾਸ਼ਟਰਪਤੀ ਨੂੰ ਕਿੱਥੇ ਲੁਕੋਇਆ ਜਾਵੇਗਾ ਇਹ ਵੀ ਦੱਸਿਆ ਹੁੰਦਾ ਹੈ। ਇਹ ਕਿਤਾਬ ਵਿੱਚ ਪਰਮਾਣੂ ਯੁੱਧ ਦੀ ਸਥਿਤੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਲਈ ਵੱਖ-ਵੱਖ ਪਰਮਾਣੂ ਹਥਿਆਰਾਂ ਦੇ ਲਾਂਚ ਕੋਡ ਵੀ ਉਪਲਬਧ ਕਰਵਾਏ ਗਏ ਹਨ। ਹੁਣ ਜਦੋਂ ਟਰੰਪ ਭਾਰਤ ਪਹੁੰਚ ਚੁੱਕੇ ਹਨ ਤਾਂ ਸਭ ਦੀਆਂ ਨਜ਼ਰਾਂ ਉਹਨਾਂ ਦੇ ਨਿਊਕਲੀਅਰ ਬੈਗ 'ਤੇ ਟਿਕੀਆਂ ਹੋਈਆਂ ਹਨ।